स्वागत है किसान वीरों तुहाडा अपने यूट्यूब चैनल ढिलो डेयरी फार्म बरनाला दे विच। सो जिहड़े किसान वीर अपने इस चैनल ते वीडियो पहली बार देख रहे हैं उन्होंने रिक्वेस्ट है कि अपने यूट्यूब चैनल नूं सबसक्राइब कर लियो। सो किसी भी वीर ने इदा दी ऐड करवाउणी होवे तां मेरा मोबाइल नंबर है 84 270 19 817। सो अज दी वीडियो विच तुहानूं चार वेड़ा दिखावांगे, इक सूई हुई है ते बाकी तीन हैगे गब्बन रेट बिलकुल वाजिब। सो आओ अगे वीर नाल करदे आं गल्लबात। सत श्री अकाल भाई जी। सत श्री अकाल भाई जी। हां जी भाई जी, नाम एड्रेस बोलियो अपना जी। नाम सुखदेव सिंह भाई, पिंड रामूवाला, जिला बठिंडा। ठीक है, मोबाइल नंबर अपना 9684885014। 25 तरीक नूं आपां वीडियो कवर करदे पए आं गे ते फिर पहले नंबर ते जिहड़ी आपां छोटी फेड़ देखदे पए आं ते किहड़ा सूआ सूई आ ए भाई? पलूनी सूई आ, मूंहों खीरी आ जी। मूंहों खीरी, बच्चा की आ? मगर बच्ची आ भाई। मगर बच्ची बहुत प्यारी आ इहदे पिछे। सो बच्ची देखो मगर जामदे सूणा दे मूंह तिखे जिहनूं कह दिंदे आ। राती सूई आ भाई। ठीक है, किन्ना क बोला चोया? बोला सोवा चोया, बच्ची ने चंगा के 3.5 किलो। मन के चलिए भी 6 किलो दूध है इस वक्त थले। होगा भाई बोला। ठीक है, फिर है भी छोटी चाहे मोटरसाइकिल रेहड़ी ते बह जूगी। मोना भाई वो काला काम ही है। ते फिर भा किन्ना इहदा? मोटरसाइकिल रेहड़ी च बहन वाली है, भा उस हिसाब दा 22000 रुपए दे दिया। ठीक है, तोर फिर 22000 नु। सो वीरो 22000 दे विच ते मगर ही मन के चलो बच्ची नाला 22000 दी फ्रिज भी आउंदी नहीं ते फ्री कर देनी है भाई जवान। बच्ची ने फ्री कर देनी है ते भावे मोटरसाइकिल वाली रेहड़ी लेके आ जाओ, उच बिठा के ले जाओ। 22000 च एदू सस्ती कितों नहीं मिलनी, चाहे सारा इंडिया घूम के आ जाओ, इत्थे मिलूगी 22000 दी। मन के चलो बकरी दे 20-22000 लाई दो, तो 2 किलो दोगी बकरी नालों चंगी रहूगी। ते धारा दूर आओ के तोर दे, लंबी तोर दे हुण समार के। सो देखो मूँह मत्थे लगती है, चंगी जान हैगी है, सूई करके थोड़ी। ठीक है, 22000 ਦੀ ਹਨਾ? ਹਾਂ, ਕੱਟ ਹੋਊਗਾ ਭਈ 3.5 ਤੋਂ 4 ਦੇ ਵਿੱਚ ਵਿੱਚ ਹੋਊਗਾ ਤੇ ਮਾਨਦਾਨ ਹੋ ਜੇ 22000 ਚ? 22000 ਤੋਂ ਮਾਨਦਾਨ 1000 ਰੁਪਏ ਛੋੜ। ਸੋ ਲੋ ਵੀ ਦੋ ਗੱਲਾਂ ਹੋ ਗਈਆਂ, 22000 ਉਹਦੇ ਵਿੱਚੋਂ ਵੀ ਮਾਨਦਾਨ ਤੇ ਥਣ ਤਾਂ ਨਹੀਂ ਗਲਤ ਕਿਤੇ ਕੋਈ? ਨਾ ਨਾ, ਥਣ ਜਾ ਮੈਂ ਇੱਕ ਨੰਬਰ ਆ ਭਾਈ, ਧਾਰਾ ਨਾਲ ਮਾਰ ਕੇ ਤੋੜਾਂ ਤੋਂ ਕਿਤੇ ਕੇ ਜਾਵੀ। ਸੋ ਵੀਰ ਥਣ ਲੈਵਾ, ਦੇਖੋ ਨੇੜ ਤੋਂ ਪੂਰਾ ਸੋਹਣਾ ਸੋਹਣੇ ਪੜਾ ਪਾਈ ਫਿਰਦੇ ਪਰੋਣ ਸੂਈ ਕਰਕੇ 22000 ਦੇ ਵਿੱਚ ਬੱਚੀ ਤੇ ਐ ਮਰ ਲਈ ਵੀ 7 ਕਿਲੋ ਦੁੱਧ ਮੰਨ ਕੇ ਲੈ ਲੇ ਬੰਦਾ। ਦੁੱਧ 8 ਕਿਲੋ ਮੰਨ ਕੇ ਲੈ ਵੀ ਯਾਰ, 7 ਵੀ ਛੱਡ ਵੀ 7 ਕਿਲੋ ਦਾ ਵੱਟਦੇ ਪਿਆ ਜਾਵਾਂ ਤੇ ਜਿਵੇਂ ਨਜ਼ਾਰਾ 7 ਕਿਲੋ ਦੁੱਧ ਦਿੱਤਾ ਮੰਨ ਕੇ ਚਲੋ 40 ਰੁਪਏ ਵੀ ਪਾਤਾ, ਇਹ 300 ਦੁੱਧ ਰੋਜ਼ ਪਾਈ ਚੱਲੂਗੀ ਆਰਾਮ ਨਾਲ। ਠੀਕ ਆ, ਤੇ ਅੱਗੇ 2 ਨੰਬਰ ਤੇ ਜਿਹੜੀ ਗੱਲ ਕਰਦੇ ਆ ਆਪਾਂ, ਇਹ ਭਾਈ ਗੱਬਣ ਆ ਜੇ ਲੈ ਜੂ 4-5 ਦਿਨ ਬਾਅਦ ਕੱਢ ਜਾਣੇ ਆ। ਠੀਕ ਹੈ, ਝੋਲਾ ਬਹੁਤ ਆ। ਦੂਜਾ ਸੂਆ ਸੁੰਦੀ ਆ ਇਹ ਦੂਜਾ ਪਲੂਨ ਦਾ ਵੇ 16 ਲੀਟਰ ਦਾ ਦਿੱਤਾ ਹੋਇਆ ਦਾ। ਠੀਕ ਹੈ, ਐਤ ਕੀ 16 ਮੰਨ ਕੇ ਲੈ ਲੈ, ਐਤ ਕੀ 16 ਮੰਨ ਕੇ ਆਪਾਂ ਦੇਵਾਂਗੇ। ਇਹਦਾ ਭਾਅ ਕੀ ਹੈ ਵੇਚਣ ਵਾਲਾ? ਵੇਚਣ ਵਾਲਾ 34 ਦੀ ਦੇ ਰਹੀ ਹੈ ਮਾਨਤਾਨ ਵਿੱਚ ਉਹ। ਮਾਨਤਾਨ ਥੋੜਾ ਮੋਟਾ ਹੀ ਹੋਣਾ। ਤੋਰ ਫਿਰ ਬਾਹਰ ਨੂੰ। ਸੋ ਵੀਰੋ 20000 ਤੋਂ ਗਾਈਆਂ ਸ਼ੁਰੂ ਹੋ ਗਈਆਂ ਇੱਥੇ ਅੱਜ ਤੇ ਮੰਨ ਕੇ ਚਲੋ ਸਾਰੀਆਂ ਵੀਰੇ 50000 ਦੇ ਅੰਦਰ ਹੀ ਆ ਜਾਵਾਂ। ਸੋ 20 ਤੋਂ 50 ਦੇ ਵਿੱਚ ਆ ਜਾਵਾਂ, 1 ਲੱਖ ਰੁਪਏ ਦਾ ਮੰਨ ਕੇ ਚਲੋ ਭਾਵੇਂ 3-4 ਗਾਈਆਂ ਆ ਜਾਣਗੀਆਂ। ਇਹਦਾ ਆਪਾਂ ਕਰਿਆ 34000। ਸੋ 2 ਨੰਬਰ ਬੈਠਦਾ 34000 ਰੁਪਏ ਭਾਅ, 16 ਕਿਲੋ ਦੁੱਧ ਮੰਨ ਕੇ ਲੈ ਜਾਓ ਹਫ਼ਤਾ ਖੰਡ। ਠੀਕ ਹੈ, ਤੇ ਤੁਮ ਕਹਿੰਦਾ ਵੇਚਣ ਵਾਲੇ ਬੰਦੇ ਬਹੁਤ ਲੈ ਕੇ ਆਉਂਦੇ ਹਨਾ, ਸਿੱਧਾ ਮਾਲ ਤੇਰੇ ਕੋਲੇ ਆਉਂਦਾ ਇੱਥੇ। ਸੋ ਆਹ ਦੇਖੋ HP ਨੰਬਰ, ਹਿਮਾਚਲ ਪ੍ਰਦੇਸ਼ ਦੀ ਗੱਡੀ ਸਿੱਧੀ ਉਤਰਦੀ ਹੈ ਇੱਥੇ ਆ ਕੇ ਤੇ ਵੀਰ ਦਾ ਵੀ ਥੋਕ ਵਾਲਾ ਕੰਮ ਹੀ ਆ ਜਮਾ, ਰੇਟ ਬਾਜਬ ਜਿੱਦਾਂ ਇਦਾਂ ਦੀ ਬੈਠ ਇੱਕ ਗੱਡੀ ਹੋਰ ਆਉਣੀ ਉੱਥੋਂ। ਠੀਕ ਹੈ, ਸੋ ਗੱਡੀ ਨਾਲ ਗੱਡੀ ਵੀਰ ਕਹਿੰਦਾ ਤੋਰੀ ਤੁਰੀ ਆਉਣੀ ਆ, ਰੇਟ ਬਾਜਬ 34000 ਵੀਰ ਨੇ ਕਿਹਾ ਮਾਨਤਾਨ ਵਿੱਚੋਂ ਕਰ ਦੂ ਤੇ ਇਹ ਵੜਾ ਮਿਲ ਜਿਹੜੇ ਆਪਾਂ ਕਹਿੰਦੇ ਵੀ 30-35000 ਦੇ ਬਾਜਬ ਭਾ ਲੈਣੇ ਆ ਘਰੇ ਦੁੱਧ ਪੀਣ ਵਾਲਾ ਮੌਕਾ। ਭਾਅ ਜੀ ਵੀਰ ਕਹਿੰਦੇ 1 ਲੱਖ ਰੁਪਇਆ ਮੈਂ ਤੇ ਆਪਾਂ ਲਾਉਣਾ ਮੰਨ ਕੇ ਚਲੋ ਵੀ ਮੁਸ਼ਕਲ ਲੱਗਦੀ ਆ ਤੇ ਘੱਟ ਪੈਸੇ ਨਾਲ ਦੁੱਧ ਪੀਣਾ ਕਰੇ ਇੱਕ ਵਾਰ। ਠੀਕ ਹੈ, ਥਾਂ ਥੁਣ ਓਕੇ ਆ ਜਾਵਾਂ। ਠੀਕ ਹੈ, ਤੇ ਅੱਗੇ ਤੀਜਾ ਨੰਬਰ ਦੇਖੀਏ ਨਾ ਜਿਹੜੀ ਆਪਾਂ, ਚਲੋ ਦਿਨ ਤਾਂ ਪਤਾ ਨੀ ਕਿਹਦੇ ਲਿਖੇ ਹੁੰਦੇ ਕਾਪੀ ਤੇ, 15 ਦਿਨ ਕਹਿ ਕੇ ਦੇਈ ਜਾਵਾਂ ਤੇ ਕਿੰਨਾ ਦੁੱਧ ਮੰਨ ਕੇ ਲੈਵੇ? 14-15 ਕਿਲੋ ਵੀ ਮੰਨ ਕੇ ਮੁੱਲ ਗੱਡੀ ਚੜਾਉਣ ਵਾਲਾ ਦਾ 32000 ਦੀ 3 ਨੰਬਰ ਭੁੰਡੀ ਚੜਾ ਕੇ ਲੈ ਜਾਓ, ਵਿੱਚੋਂ ਛੋਟ ਸੱਪਾ ਵੀ ਕਰ ਦੂ ਪਰ ਕੱਚੀ ਆ ਇਹ, ਸਾਹਮਣੀ ਪਊ 10 ਦਿਨ ਜਿਹਦੇ ਤਿਆਰ ਹੋ ਗਈ ਇਹ ਜਿਹਾ, ਭਾਵੇਂ 5-7000 ਨਫੇ ਨਾਲ ਵੇਚ ਲਿਓ ਕਿਉਂਕਿ ਸਿੱਧਿਆ ਵੀਰ ਕੋਲੇ ਮਾਲ ਉੱਤਰ 10-10 ਵੀਰ ਕੋਲੇ ਆਉਂਦੇ ਆ ਪਸ਼ੂ ਇਕੱਠੇ ਤਾਂ 2-2000 ਨਾਲ ਮਾਰਜਨ ਨਾਲ ਵੇਚਣ ਦਾ ਵੀਰ ਦਾ ਮਾਣਾ ਕਿ 2-2000 ਨਾਲ ਵੇਚ ਚੱਲੀਏ ਤੇ ਕੰਮ ਲੱਗੇ ਮੈਂ ਕਿਤਾਬ ਲੱਗਿਆ ਵਾ ਇਹ ਵੀਰ। ਸੋ 32000 ਭਾਅ 3 ਨੰਬਰ ਦਾ ਮੂੰਹ ਮੱਥੇ ਬਹੁਤ ਲੱਗ ਜਾ, ਸੋਹਣੀ ਆ ਸਾਫ਼ ਸੁਥਰੀ। ਸੋ ਦੇਖੋ ਮੂੰਹ ਮੱਥਾ ਵੀ ਦੇਖ ਸਕਦੇ ਨੇੜ ਤੇ ਦਾ ਫੇਸ ਕੁਆਲਿਟੀ ਵਗੈਰਾ ਨਿੱਕਾ ਨਿੱਕਾ ਕਰਨਾ ਆ ਮੂੰਹ ਕਰੀ ਮਾੜਾ ਜਿਹਾ ਰੇਣੂ ਦਾ। ਸੋ ਦੇਖੋ ਮੱਥੇ ਦੇ ਟੋਆ ਜਾਵਾਂ 4 ਦਾ ਤੇ ਅੱਗੇ 4 ਨੰਬਰ ਦੇਖੀ ਨੇ ਜਿਹੜੀ ਇਹਦੇ ਸਿੰਘ ਆ ਬਈ ਮਾੜੇ ਮਾੜੇ। ਠੀਕ ਹੈ, ਇਹ ਕਿਹੜਾ ਸੂਆ ਸੁੰਦੀ ਆ? ਇਹ ਪਲੋਣੀ ਸੁੰਦੀ ਆ ਬਈ। ਠੀਕ ਹੈ, ਤੇ ਥੋੜੇ ਥੋੜੇ ਸਿੰਘ ਆ ਇਹਦੇ ਹਨਾ। ਠੀਕ ਹੈ, ਇਹ ਕਿੰਨਾ ਦੁੱਧ ਮੰਨ ਕੇ ਲੈਵੇ? ਉਹਦੇ 12-13 ਕਿਲੋ ਦੇ ਦੇ ਬਈ ਆਰਾਮ ਨਾਲ। ਇਹਦਾ ਭਾ 28000 ਰੁਪਏ।
28 हजार की ढोर बार नूं। सो फिर 28 हजार की फिर कहिंदा चार नंबर दे देने माड़े माड़े सेंगा 12-13 किलो दुद्ध ये भी दे दूगी। तो कद काठ मीडियम है, तो देखो सैज मीडियम के आ गई है, वहाँ है साफ सुथरी लेवा बहुत चंगा साफ सुथरा ठीक है। मैं कल सेंग नहीं दे ठीक है। तो चार दिखा दी आप एक सूई भी, एक 22 हज़ार वाली, एक दिखा दी 28 हज़ार वाली, तो बच्चे 34 वाला भाव भी दिखाता, तो 32 वाला भाव भी दिखाता। तीन गब्बड़ है, तो एक हैगी है वीर को सूई भी। तो फिर किन्ने नाग अपने को आते रहते, मतलब जो मर्जी कॉल कर ले पशु होंगे ही है ठीक है। नंबर अपना 9683-85-014 शाम होर आने की है ठीक है। सो फिर थोक का काम है वीर का, जमा जिला बठिंडे का पिंड रामू वाला, कोई भी नाग थोड़े पसंद हो आना हो आ सकते हो। वीडियो देखने लिए सब का तहत दिलो धन्यवाद, जल्द मिल जाए किसी नवी वीडियो।